हाँ जी भी मुंडे हो, क्या हाल चाल है? अज करते हैं नवे ब्लॉग की शुरुआत। अज आए हैगे दिल्ली अक्षरधाम खड़े हुए, तो अज छड़न आए हुए है मुंडे नो शोबर नो आस्ट्रेलिया वाले नो ऑजी बॉय नो ते आ कॉजी बॉय कतर बॉयज कॉजी बॉय है सेंटर लैंड कतर वीजा लैंड आए। हाँ ते आ गए सीगे पहला ते मुंडा कहंदा अक्षरधाम देखना, दाव ने दूजा किड़ा लवाया ते हुण अक्षरधाम नूं चले आ चलदे आ। चलो अंदर तां कैमरा जान नहीं दिंदे, बाकी देखदे आ क्या गलबात है। मुंडा पूरे गुस्से जा रहे, पर्स लैन के भेजता, शकल दिखा ले चलो चलते हैं जी। हाँ जी नारायण स्वामी नारायण मंदिर कहते सोहना बहुत है, बाकी देखते हैं अंदर फोन नहीं जान देंगे, बाकी देखते हैं कर दे फोन कालिया जी ने अभी गड्डी है नाले पार्किंग की तो कंध के पिछले पासे इधर गड्डी खड़े आँदी खड़ी करे आँदी कहते फोन अंदर ले लेने हैं। चलो देखते हैं बाकी कैमरा मैन है आ गया मुंडा मिलने भी। हाँ देखो इन्हें सारे चिप कट देने अंतिम ओह खिंचा करता फोटो बाहर ते दिखा दिए अक्षरधाम होर गल्लां ही गल्लां कल आया भाई इस मंदिर च घंटे अंदर फोन फून नहीं ले जान दिते आ मैट्रो ते जमा 500 मीटर मसी है नाले रोड गया इतने तो एंट्री है मंदिर बड़ा घेंट है एक गल आना हो भी बंदा शाम नौ आवे नौ सत्त कर बजे निकल जाना बीशू नूं छड्डण 9 बजे एंट्री कर देनी। चलो चलते हैं मुंडे नूं मैट्रो घुमा लिया जी कनोट प्लेस दिल्ली बकरे ब्लॉगर है किन्ने 2 मिलियन सब्सक्राइबर हो गए 2 मिलियन ताई जांदा भाजी बाहर नहीं मिलियन इतने का मिलियन 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 डॉलर आ रहे पहचानता हूँ बस बहुत बहुत शुक्रिया लेकिन मैंने उससे पूछा कभी गांव गए हो या कभी गांव देखा है बोला नहीं उसने मुझे मेट्रो मुंडे नो मेट्रो की सैर कराई है लो जी मुंडा चलिया ओजी बॉय बाय बाय गाइस इधर भी एक दिन टाइम आना 11 तरीक ना इधर चोपर भी चलना साडा अठ बजे पुज गए 12 बजे की फ्लाइट है उदा बथेरा टाइम है लो जी मुंडा पुज गया
ਆਸਟ੍ਰੇਲੀਆ ਛੋਟੇ ਦੀ ਹੋ ਗਈ 50 ਮਿੰਟ ਫਲੈਟ ਲੇਟ ਆਪਾਂ ਪੁੱਜੇ ਮੂਰਥਲ ਅਮਰੀਕ ਸਕਦੇ ਹਾਂ ਖਾਈਏ ਪੀਏ ਭੁੱਖ ਲੱਗੀ ਵੀ ਉਹ ਖਾਣਾ ਹੈ ਕਿਆ ਖਾਣਾ ਆਲੂ ਦੇ ਪਰੌਂਠੇ ਖਾ ਲੈਣੇ ਚੋਚਾ ਖਾਣਾ ਚੋਚਾ ਨਹੀਂ ਖਾਣਾ ਚੱਲਦੇ ਹਾਂ ਖਾਣੇ ਪੀਣੇ ਆ ਜਾ ਕੇ ਲਓ ਜੀ ਖਾਣਾ ਪੀਣਾ ਗਿਆ ਹੋ ਅਤੇ ਆਪਣੀ ਰਾਜਪੂਤਾਨਾ ਲੈ ਕੇ ਚੱਲੀਏ ਪਿੰਡ ਚਲੀਏ ਪਿੰਡ ਵੱਲ ਨੂੰ ਕਰੀਏ ਚੱਲ ਰੋਹਿਤ ਜੀ ਕਿਆ ਕਰਨਾ ਚਾਹੋਗੇ ਘਰ ਦੀ ਯਾਦ ਆਣੀ ਆਣੀ ਆ ਮੁੰਡਿਆ ਠੰਡਾ ਬਈ ਬਾਹਰ ਤੇ ਵਿਸ਼ ਨੂੰ ਕੀਤਾ ਸੀਗਾ ਫੋਨ ਉਹ ਚੜ ਗਿਆ ਆਸਟ੍ਰੇਲੀਆ ਆ ਵੀ ਉਹਨੇ ਕਹਿੰਦਾ ਭਾਜੀ ਆਸਟ੍ਰੇਲੀਆ ਦਾ ਲਾਣਾ ਹੈ ਤਾਂ ਉਹਨੇ ਫੋਨ ਕੀਤਾ ਤਾਂ ਕਹਿੰਦਾ ਬੈਠ ਗਿਆ ਅਤੇ ਆਸਟ੍ਰੇਲੀਆ ਜਾ ਕੇ ਕਰਦਾ ਕਹਿੰਦਾ ਫੋਨ ਚਲੋ ਆ ਇੰਨਾ ਖਾਸ ਨਹੀਂ ਚੱਲਿਆ ਢਾਬਾ ਗਰਮ ਧਰਮ ਖਰੇ ਧਰਮਿੰਦਰ ਉਹਨਾਂ ਦਾ ਪਤਾ ਨਹੀਂ ਕਿਹਨਾਂ ਦਾ ਇੰਨਾ ਨਹੀਂ ਸਾਨੂੰ ਪਤਾ ਧਰਮਿੰਦਰ ਦਾ ਗਾ ਕੀ ਦਾ ਬਾਕੀ ਚੱਲਦੇ ਹਾਂ ਪਿੰਡ ਵੱਲ ਨੂੰ ਚਾਲੇ ਪਾਉਂਦੇ ਹਾਂ ਨਿਕਲਦੇ ਹਾਂ ਬਾਕੀ ਰੋਡ ਦੇਖਿਓ 5-7 ਮਿੰਟ ਦਾ ਹੁਣ ਨੱਪਣੀ ਹੋਈ ਆ ਗੱਡੀ 1 ਵੱਜ ਗਿਆ 5-6 ਵਜੇ ਤੱਕ ਪੁੱਜਣਾ ਆਉਣ ਵੇਲੇ ਤਾਂ ਨਹੀਂ ਵੀਡੀਓ ਬਣਾ ਸਕਿਆ ਮੈਨੂੰ ਹੈਗਾ ਤਾਂ ਜ਼ਰੂਰੀ ਕੰਮ ਅਤੇ ਉਹੀ 5:30 ਵਜੇ ਘਰਾਂ 'ਤੇ ਚੱਲੇ ਅਤੇ ਪੁੱਜ ਗਏ ਸੀਗੇ ਰੋਹਿਤ ਕਿੰਨੇ ਵਜੇ ਪੁੱਜ ਗਏ ਤੇ 11 ਵਜੇ ਪੁੱਜ ਗਏ ਸੀ 11 ਵਜੇ ਤੋਂ ਪਹਿਲਾਂ ਪੁੱਜ ਗਏ 11 ਵਜੇ ਦੀ ਐਂਟਰੀ ਸੀ 50-53 ਵਜੇ ਪੁੱਜ ਗਏ 10:40-45 ਦੇ ਮਤਲਬ ਕਿ ਨੋਇਡਾ ਪੁੱਜ ਗਏ ਤੇ ਪੂਰਾ ਦਿੱਲੀ ਲੰਘ ਕੇ ਉੱਧਰ ਤਾਂ ਅਸੀਂ 10 ਵੱਜ ਗਏ ਜਦ 10 ਵਜੇ ਦੇ ਤਦ ਅਸੀਂ ਉੱਥੇ ਪੁੱਜ ਗਏ ਤੇ ਦਿੱਲੀ ਐਂਟਰ ਕਰ ਗਏ ਤੇ ਉੱਥੇ ਤੁਹਾਨੂੰ ਪਤਾ ਹੀ ਹੈ ਦਿੱਲੀ ਦਾ ਜਾਮ ਤਸੱਲੀ ਹੋ ਜਾਂਦੀ ਫਿਰ ਵੀ ਗੱਡੀ ਬਹੁਤ ਨੱਪੀ 120-140 ਤੇ ਲਿਆਂਦੀ ਅਤੇ ਇੰਨੀ ਤੇਜ਼ ਤਾਂ ਨਹੀਂ ਚਲਾਉਣੀ ਚਾਹੀਦੀ ਪਰ ਕਿਆ ਕਰਨਾ ਲੇਟ ਚੱਲੇ ਕੰਮ ਵੀ ਜ਼ਰੂਰੀ ਦਾ ਤਾਂ ਵੇਲੇ ਵੀਡੀਓ ਨਹੀਂ ਬਣਾ ਹੋਈ ਚਲੋ ਅੱਗੇ ਦਿਖਾਉਂਦੇ ਹਾਂ ਤੁਹਾਨੂੰ ਗੱਲਬਾਤ ਤਾਂ ਦੱਸਿਓ ਕਟਿੰਗ ਕਿੱਦਾਂ ਦੀ ਹੇਅਰ ਕਟਿੰਗ ਨਵਾਂ ਸਟਾਈਲ ਸ਼ੋਪਰ ਕਈ ਤਾਂ ਗਾਲਾਂ ਕੱਢਿਆ ਤਾਂ ਵੀ ਜ਼ਿਆਦਾ ਹਲਕੇ ਕਰਾ ਲਏ ਫਿਰ ਚਲੋ ਮੈਂ ਕਿਹਾ ਹਲਕੇ ਕਰਵਾ ਹੀ ਲੈਂਦੇ ਹਾਂ ਸਵਾਦ ਨੂੰ ਵੀਡੀਓ ਬਣਾਈ ਦੀ ਕਦੀ ਕਦਾਈ ਭੁੱਖ ਚੜ ਜਾਂਦਾ ਕੈਮਰਾ ਚੱਕਣ ਦਾ ਹੋਰ ਕੁਛ ਨਹੀਂ ਹੋ ਗਏ ਇੱਧਰ ਬਾਕੀ ਰੀਲਸ ਤੇ ਪਾਵਾਂਗੇ ਗਾਣਾ ਪਤਾ ਨੀ ਕਿਹੜਾ ਲੱਭਿਆ ਵਾ ਕਿਆ ਬੋਲਤੀ ਕੰਪਨੀ ਏਦੀ ਕੁਛ ਗਾਣਾ ਮੈਂ ਘੈਂਟ ਹੈ ਉਹਦੇ ਸਿਰ ਹਿੱਲੀ ਜਾਂਦਾ ਆਪਣੇ ਆਪ ਹੀ ਗਾਣਾ ਘੈਂਟ ਹੈ ਚਲੋ ਚੱਲਦੇ ਹਾਂ ਦਿਖਾਲਦੇ ਤੁਹਾਨੂੰ ਅੱਗੇ ਗੱਲਬਾਤ ਆਹ ਬੜਾ ਇਹਨਾਂ ਨੇ ਪੰਗਾ ਬਣਾ ਦਿੱਤਾ ਵਾ ਨਾ ਜਗ੍ਹਾ ਜਗ੍ਹਾ ਰੋਡ ਬਣਿਆ ਕਰਦੇ ਆਹ ਵਾਲੀ ਚੀਜ਼ਾਂ ਇੰਨਾ ਚਲੋ ਫਾਇਦਾ ਵੀ ਹੈਗਾ ਪਰ ਟ੍ਰੈਫਿਕ ਜਿਹੜੀ ਹੈਗੀ ਨਾ ਉਹ ਬੱਲੇ ਆਰਾਮ ਨਾਲ ਲੱਗ ਜਾਣੇ ਟ੍ਰੈਫਿਕ ਕੱਢਦੇ ਉਹਨੂੰ ਏਦਾਂ ਦੇ ਹਰੇਕ ਜਗ੍ਹਾ ਬਣਿਆ ਕਰਦੇ ਉਹ ਫਲਾਈ ਓਵਰ ਜਿਹੇ ਪਰ ਇੱਕ ਗੱਲ ਤਸੱਲੀ ਕਰਾ ਦਿੰਦੇ ਇੱਥੇ ਕਰੋ ਜਿਹੜਾ ਮੂਰਥਲ ਤੇ ਪਹਿਲਾਂ ਆਉਂਦਾ ਨਾ ਦਿੱਲੀ ਤੇ ਆਉਂਦੇ ਹੋਏ ਮੂਰਥਲ ਤੇ ਪਹਿਲਾਂ ਆਉਂਦਾ ਉਹ ਬੜਾ ਖਤਰਨਾਕ ਹੈ ਉੱਥੇ ਤਾਂ ਨਾ ਘੰਟਾ ਲੱਗ ਗਿਆ ਸਾਡਾ ਬਰਬਾਦ ਹੋ ਗਿਆ ਪਹਿਲਾਂ ਤਾਂ ਅਸੀਂ ਦਿੱਲੀ ਦੇ ਨਿਕਲੇ ਉਹਦੇ ਬਾਅਦ ਪੁੱਛੋ ਨਾ ਇੱਕ ਵਰਖਾ ਲੱਗੀ ਵੀ ਸੀ ਜ਼ਿਆਦਾ ਫੋਗ ਜੰਮ ਗਈ ਅਤੇ ਇੱਕੋ ਕੱਟ ਗਲਤ ਵੱਜ ਗਿਆ ਉਹਦੇ ਕਰਕੇ ਫਿਰ ਬਹੁਤ ਉਲਟਾ ਆਉਣਾ ਪਿਆ ਇਹਦੇ ਆਹ ਜਿਹੜਾ ਮੂਰਥਲ ਔਰ ਦਿੱਲੀ ਦੇ ਵਿੱਚ ਆਉਂਦਾ ਨਾ ਇੱਦਾਂ ਦਾ ਫਲਾਈਓਵਰ ਜਿਹੜਾ ਬਣਿਆ ਕਰਦਾ ਇਹ ਸਭ ਤੋਂ ਗੰਦਾ ਹੈ ਫਲਾਈਓਵਰ ਉਹ ਵਾਲਾ ਇਹ ਤਾਂ ਚਲੋ ਫਿਰ ਹਜੇ ਟ੍ਰੈਫਿਕ ਤੁਰੀ ਵੀ ਉੱਥੇ ਟ੍ਰੈਫਿਕ ਵੀ ਨਹੀਂ ਤੁਰਦੀ ਦੋ ਗੱਡੀਆਂ ਟੱਪਿਆ ਕਰਦੀਆਂ 7-8 ਲਾਈਨਾਂ ਬਣ ਜਾਇਆ ਕਰਦੀਆਂ ਬੰਦਾ ਕਰੇ ਤਾਂ ਕਰੇ ਗਿਆ ਬਹੁਤ ਔਖਾ ਹੋ ਜਾਂਦਾ ਬੰਦਾ ਮਰਨ
ਖੜਾ ਪਿਆ ਉਹਦਾ ਡਿੱਪਰ ਪਿੱਛੇ ਪ੍ਰਧਾਨ ਚੱਲੇ ਭਰਾਵਾ ਚੱਲੇ ਅਸੀਂ ਔਰ ਹੁਣ ਤਾਂ ਮੈਂ ਉਹੀ 80-90 ਬਰੇ ਗੱਡੀ ਲੈ ਕੇ ਆਇਆ ਕਹਿੰਦਾ 70-80 ਬਰੇ ਜਾਣ ਵੇਲੇ ਬਥੇਰੀ ਖਿੱਚੀ ਦੀ ਮੈਂ ਕਿਹਾ ਥੋੜ੍ਹੀ ਜਿਹੀ ਐਵਰੇਜ ਕੱਢ ਲਈ ਜਾਵੇ ਪੈਟਰੋਲ ਗੱਡੀ ਜਿਹੜਾ ਨੂੰ ਪਤਾ ਹੀ ਹੈ ਕਿੰਨੀ ਕੁ ਐਵਰੇਜਾਂ ਦਿੰਦੀਆਂ ਉੱਪਰ ਦੇ ਜਿਹਨੇ ਸ਼ੌਂਕ ਪੂਰੇ ਕੀਤੇ ਵੇ ਹੁਣ ਗੱਡੀ ਪਰ ਉਹ ਜਮੇ ਨਹੀਂ ਐਵਰੇਜਾਂ ਕੱਢ ਸਕਦੀਆਂ ਔਰ ਚਲੋ ਹਾਂਜੀ ਬਈ ਹਰਿਆਣਾ ਗਏ ਟੱਪ ਹੁਣ ਹੋ ਗਏ ਪੰਜਾਬ 'ਚ ਐਂਟਰ ਅਤੇ ਬਸ ਹੁਣ ਚੰਡੀਗੜ੍ਹ ਵਾਲੇ ਰੋਡ ਪੈ ਗਏ ਲਾਲੜੂ ਲਾਲੜੂ ਤੋਂ ਬਾਅਦ ਬਨੂੜ ਉੱਧਰ ਯੂਨੀਵਰਸਿਟੀ ਪੈਂਦੀ ਅਤੇ ਉੱਧਰ ਨੂੰ ਨਿਕਲ ਜਾਣਾ ਅਤੇ ਉਹ ਰੋਡ ਤਾਂ ਨਿਕਲ ਜਾਈਦਾ ਇੱਧਰ 190 ਰੁਪਏ ਦੀ ਪਰਚੀ ਕਟਾਉਣੇ ਨਾਲੋਂ 190 ਦੀ ਹੈ ਖਰੇ ਇੰਨੀ ਕਰਦੀ ਹੋਈ ਹੈ ਆਉਣ ਜਾਣ ਦੀ ਖਰੇ 190 ਦੀ ਹੈ ਇਹਦੇ ਨਾਲ ਤਾਂ 2 ਕਿਲੋਮੀਟਰ ਦਾ ਫਰਕ ਪੈਂਦਾ ਸਾਰਾ ਇੱਧਰ ਲਾਲੜੂ ਬਨੂੜ 'ਚ ਹੀ ਅਤੇ ਜੇ ਉੱਧਰੀਆਂ ਪੈਣਾ ਹੋਵੇ ਤਾਂ ਮਤਲਬ ਕਿ ਉਹੀ ਜੇ ਇੱਧਰੀਆਂ ਚੰਡੀਗੜ੍ਹ ਵਾਲੇ ਰੋਡ 'ਚ ਪੈ ਜਾਓ ਤਾਂ 2 ਕਿਲੋਮੀਟਰ ਦਾ ਫਰਕ ਪੈਂਦਾ ਇਸ ਗੱਲ ਕਰਕੇ ਅੰਬਾਲੇ ਤੋਂ ਸਿੱਧਾ ਚੰਡੀਗੜ੍ਹ ਵਾਲੇ ਰੋਡ ਲਾਲੜੂ ਅਤੇ ਫਿਰ ਬਨੂੜ ਨੂੰ ਉੱਧਰੋਂ ਨਿਕਲ ਜਾਣਾ ਔਰ ਬਸ ਰਹਿ ਗਏ ਹੁਣ ਥੋੜ੍ਹੀ ਕੁ ਦੇਰ ਬਾਅਦ ਲਾਲੜੂ 'ਤੇ ਮੁੜ ਜਾਣਾ ਰਾਸਤੇ 'ਤੇ ਕੱਪੇ ਗੱਡੀ ਰੋਕਤੀ ਪਤੰਦਰ ਨੇ ਕਮਰਿਆਂ ਸੈਡ ਨੂੰ ਲਾ ਲਿਆ ਗੱਡੀ ਕਿਆ ਫਾਇਦਾ ਕੋਈ ਪਿੱਛੇ 'ਤੇ ਨੀਂਦ ਜਾਇਬ ਹੁੰਦਾ ਕੋਈ ਡਰਾਈਵਰ ਐਵੇਂ ਰਗੜੂੰਗਾ ਕੋਈ ਹੈ ਨਾ ਇੱਥੇ ਇਹੀ ਹੈ ਬਸ ਕਿ ਆਪਣਾ ਧਿਆਨ ਆਪਣੀ ਗੱਡੀ ਆਵੇ ਚਲਾਓ ਚੱਜ ਨਾਲ ਅਤੇ ਹੁਣ ਧਿਆਨ ਨਾਲ ਚੱਲੋ ਮੇਰਾ ਵੀਰ ਠੀਕ ਨਹੀਂ ਅਤੇ ਹੁਣ ਵੱਜ ਗਏ ਹੈਗੇ 4 ਵੱਜ ਗਏ ਉਹੀ 6 ਕੁ ਵਜੇ ਤੱਕ ਘਰ ਪੁੱਜ ਜਾਣਾ ਔਰ ਬਾਕੀ ਸਫ਼ਰ ਵਧੀਆ ਰਿਹਾ ਔਰ ਰੋਹਿਤ ਤਾਂ ਗਿਆ ਸੋ ਇਹ ਕਹਿੰਦਾ ਮੈਨੂੰ ਨੀਂਦ ਆਈ ਵੀ ਰਾਣੇ ਤੂੰ ਸੋ ਜਾ ਮੈਂ ਕਿਹਾ ਚੱਲ ਕੋਈ ਚੱਕਰ ਨਹੀਂ ਆਪਾਂ ਨੂੰ ਉੱਦਾਂ ਵੀ ਨੀਂਦ ਘੱਟ ਹੀ ਆਉਂਦੀ ਹੈ ਔਰ ਚਲੋ ਚੱਲਦੇ ਹਾਂ ਬਾਕੀ ਪਿੰਡੇ ਮਿਲਦੇ ਹਾਂ ਹੁਣ ਜਾ ਕੇ ਮੁੰਡੇ ਨੂੰ ਇੱਕ ਵਾਰ ਗਿਆ ਵੀ ਸੁੱਤਾ ਵਾ ਉੱਠ ਗਿਆ ਫਿਰ ਗੁੱਡ ਮੋਰਨਿੰਗ ਸਾਹਿਬ ਜੀ ਔਰ ਚਲੋ ਚੱਲਦੇ ਹਾਂ ਅੱਗੇ ਰੋਡ ਤਾਂ ਰਾਤ ਨੂੰ ਇੱਕ ਗੱਲ ਹੈ ਵੀ ਰੋਡ ਰਾਤ ਨੂੰ ਪੁਲਿਸ ਪਾਲਸ ਵਾਲੇ ਖੜ੍ਹਦੇ ਆ ਦਿੱਲੀ 'ਚ ਜਿਹੜੀ 500 ਰੁਪਇਆ ਪਰਚੀ ਤਾਂ ਪੱਕੀ ਰੱਖੋ ਵੀ ਲੈਣੀ ਲੈਣੀ ਹੈ ਟਰੱਕ ਦੀ ਅਤੇ ਉਹ ਤਾਂ ਬਚਦੇ ਬਚਾਉਂਦੇ ਕਦੀ ਕੀ ਨੂੰ ਕੱਟ ਮਾਰਦੇ ਕਦੀ ਕੀ ਨੂੰ ਕੱਟ ਮਾਰਦੇ ਇਹ ਤਾਂ ਗਲਤ ਹੈ ਜਦ ਸਾਰਾ ਪਰਮਿਟ ਓਕੇ ਪੋਲਿਊਸ਼ਨ ਓਕੇ 10 ਸਾਲਾਂ ਦੇ ਪਹਿਲਾਂ ਤੁਸੀਂ 10 ਸਾਲ ਦੇ ਬਾਅਦ ਤੁਸੀਂ ਗੱਡੀ ਨਹੀਂ ਵੜਨ ਦਿੰਦੇ ਹੈ ਡੀਜ਼ਲ ਗੱਡੀ ਫਿਰ ਵੀ ਤੁਸੀਂ ਹਾ ਕੰਮ ਫੜੇ ਵੇ ਬਹੁਤ ਲੁੱਟ ਖਸੁੱਟ ਹੈ ਜੀ ਡਰਾਈਵਰਾਂ ਨੂੰ ਤਾਂ ਬਹੁਤ ਔਖਾ ਹੈ ਅਤੇ ਇੰਡੀਆ 'ਚ ਇਹੀ ਦੇਖਿਆ ਚਲੋ ਬਾਕੀ ਮਿਲਦੇ ਹਾਂ ਅੱਗੇ ਜਾ ਕੇ ਮੁੰਡੇ ਵਾਲੀ ਹੈ ਇੱਥੇ ਕਰਦੇ ਮੁੜ ਜਾਣਾ ਲਾਸਟ ਪੰਪ ਹੈ ਹਰਿਆਣੇ ਦਾ ਹਰਿਆਣੇ ਦਾ ਲਾਸਟ ਪੰਪ ਰਿਲਾਇੰਸ ਵਾਲਿਆਂ ਦਾ ਬਾਕੀ ਚਲੋ ਨਿਕਲਦੇ ਹਾਂ ਲਓ ਜੀ ਓਸੀ ਬੋਏ ਥਾਈਲੈਂਡ ਪੁੱਜ ਗਿਆ ਹੁਣ ਚਲ ਰੱਬ ਰੱਖਾ ਪਰਮਾਤਮਾ ਮਿਹਰ ਕਰੇ ਹੁਣ ਪੁੱਜ ਗਏ ਹੈਗੇ ਜੀ ਅਸੀਂ ਰੋਪੜ ਰੋਪੜ ਪੁੱਜ ਗਏ ਅਤੇ ਉਹ 2 ਸੰਤ ਲਾਏ ਵੀ ਮਗਰ ਅਸੀਂ ਇਹਨਾਂ ਨੇ ਜਾਣਾ ਚਿੰਤਪੁਰਨੀ ਜਵਾਰਾ ਜੀ ਅਤੇ ਮੈਂ ਕਿਹਾ ਚਲੋ ਸਾਡੇ ਨਾਲ ਇਹ ਅਸੀਂ ਅੱਧੇ ਰਾਸਤੇ ਦਾ ਘਟਾਉਣ ਲੈ ਜਾਣਾ ਇਹ ਚੱਲੇ ਤਾਂ ਚੰਡੀਗੜ੍ਹ ਨੂੰ ਮੈਂ ਕਿਹਾ ਚੰਡੀਗੜ੍ਹ ਨੂੰ ਜ਼ਰੂਰੀ ਜਾਣਾ ਤੁਸੀਂ ਆਪਣਾ ਇੱਧਰ ਹੀ ਆ ਜਾਓ ਕਹਿੰਦਾ ਦੂਸਰਾ ਆਦਮੀ ਕਾਮ ਕੇ ਲਈ ਰੁਕ ਗਿਆ ਤਾ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਵੱਜ ਗਏ 6 ਵੱਜ ਗਏ ਰੋਪੜ ਕਰੋਸ ਕਰੇਗੇ ਇੱਕ ਤਰ੍ਹਾਂ ਬਸ ਹੋਰ ਘੰਟੇ ਘਰ ਦਾ ਰਾਸਤਾ ਰਹਿ ਗਿਆ ਅਤੇ ਵੀਰਾ ਵੀ ਪੁੱਜ ਗਿਆ ਬੈਂਕੋਕ ਉਹ ਵੀ ਲੈਂਦਾ ਨਜ਼ਾਰੇ ਕਹਿੰਦਾ ਬਸ ਉੱਧਰ ਆਸਟ੍ਰੇਲੀਆ ਵਾਲੀ ਵੀ ਫਲੈਟ ਚੜ੍ਹਨ ਵਾਲੀ ਹੈ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਚੰਗਾ ਔਰ ਉਹ ਵੀ ਆਸਟ੍ਰੇਲੀਆ ਵਾਲੀ ਫਲੈਟ 'ਚ ਬੈਠ ਗਿਆ ਬੈਂਕੋਕ 'ਤੇ ਹੁਣ ਸ਼ਾਮ ਨੂੰ ਪੁੱਜੂੰਗਾ 8 ਘੰਟੇ ਦਾ 8 ਘੰਟੇ ਦੀ ਫਲਾਈਟ ਹੈ ਉੱਥੇ ਤੇ ਬੈਂਕੋਕ 'ਤੇ ਸਿਡਨੀ ਦੂਜੇ ਸਿਰੇ ਪਰ ਪੈਂਦਾ ਨਾ
जे मैप च देखा जाए तो रोहित ने मगर लाए ये रोहित दस क्या इन्ने मगर लाए मैं क्या चल कोई गल नहीं यार अपने बंदे है ला लें मगरिया चलो कोई चक्कर नहीं बस हो गया रह गए 60 किलोमीटर होर पिंड दे बाकी मिलते हैं बाकी पिंड जाके ब्लॉग की समाप्ति करते हैं गड्डी गुड्डी ला के फिर तसली नाल रोहित नूं भी टाटा बाय बाय कर देनी है और सोइए जाके चलो हाँ देख लो दिल्ली दे मीह स्टार्ट होया वा पिंड पुजने वाले हो गए लो हो गई है सूरज भी चढ़ गया वा पर दिखता कुछ है नहीं है सूरज सूरज दिखा ही नहीं करता है बूटे के पिछे ने तो धुंध गाल देना था ऐन मीह पूरा रज के लगे वा असि तो पा के गए अद्धिया बाह दी कमीजा हो लगे कभी ठंड कभी हीटर लाया करते कितना कभी कुछ उधर दो जने वह भी मगर ही है देखते हैं चाह चू पिला के भेज देना इन्हों फिर जो नहीं दुकान खुली हुई फिर इन्हों ओके टाटा बाय बाय कर देनी है चलो देखते हैं मीह बहुत है ठंड हो गई भाई मुड़ के वधिया ठंड हो जाए मई जून तक तो ठंड रहे पर इन्नी रहनी नहीं है ना धुप चढ़ गई तो गर्मी स्टार्ट हो जानी है और बाकी पिंड जाके करते हैं ब्लॉग की समाप्ति।